कि यही असी मीटिंग की है कि जिहड़ियां बाहरलियां स्टेटां चों आ रहियां इहदे नाल पाकिस्तान दे विच जिहड़ी आ रही उहदे बारे भी असी कर रहे जिहड़ी साडी फर्स्ट डिफेंस लाइन उह BSF कोल सैकंड जिहड़ी उह साडी जॉइंट है BSF और साडी है ते थर्ड डिफेंस लाइन जिहड़ी उह पंजाब पुलिस दी है मेरे ख्याल उहनां दोनों नालों ही ਸਾਡੀ ਜਿਹੜੀ ਜਿਹੜੀ ਥਰਡ ਡਿਫੈਂਸ ਲਾਈਨ ਜਾ ਕੇ ਕਿਤੇ ਆਪ ਵੀ ਦੇਖੋ ਉਹਨਾਂ ਨਾਲੋਂ ਜ਼ਿਆਦਾ ਮਜ਼ਬੂਤ ਹੈ। ਇਹਦੇ 'ਚ ਮੈਂ ਇੱਕ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਕੱਲਾ ਪੰਜਾਬ ਕਿਹੋ ਜਿਹੀ ਸਟੇਟ ਹੈ ਜਿਹਨੂੰ ਪਾਕਿਸਤਾਨ ਡਿਸਟਰਬ ਕਰਨ ਦੀ ਕੋਸ਼ਿਸ਼ ਕਰੇਗਾ ਔਰ ਨਾਲ ਦੀ ਨਾਲ ਜੇ ਤੁਸੀਂ ਦੇਖੋਗੇ ਕਿ ਨਸ਼ਾ ਜਿਹੜੀਆਂ ਪੋਰਟਾਂ ਨੇ ਉਹਨਾਂ ਦੇ ਉੱਤੋਂ 300-3000 ਕਿਲੋ ਜਾਂ ਇਹਦੇ ਤੋਂ ਵੱਡੀ ਕੁਆਂਟਿਟੀ ਵੀ ਜਿਹੜੀ ਆ ਉਹ ਆ ਰਹੀ ਆ। ਅਸੀਂ ਆਪਣੀ ਪੁਲਿਸ ਅਤੇ ਅਸੀਂ ਰਲ ਕੇ ਇਹਦੇ 'ਤੇ ਪੂਰਾ ਕੰਟਰੋਲ ਕੀਤਾ ਔਰ ਕੰਟਰੋਲ ਕਰ ਰਹੇ ਹਾਂ। ਜਿਹੜੀ ਅੱਜ ਦੀ ਮੀਟਿੰਗ ਸੀ ਇਹ ਮੇਨ ਇਹੀ ਸੀ ਕਿ ਜਿਹੜੇ ਨਸ਼ੇ ਵੇਚਣ ਵਾਲੇ ਨੇ, ਮੈਂ ਇੱਕ ਅੱਜ ਰਿਪੋਰਟ ਪੜ੍ਹ ਰਿਹਾ ਸੀ ਉਹਦੇ 'ਚ ਬਿਗ ਫਿਸ਼ ਨੇ ਤੁਰਿਆਉਂਦਾ ਸੀ ਪਰ ਮੈਨੂੰ ਬੜੀ ਹੈਰਾਨਗੀ ਹੋਈ ਆ ਕਿ ਕੈਪਟਨ ਸਾਹਿਬ ਦੇ ਟਾਈਮ ਤੋਂ ਲਾ ਕੇ 4 ਸਾਲ ਮੈਂ ਬਹੁਤ ਪ੍ਰੋਬਲਮ ਹੁੰਦਾ ਰਿਹਾ। ਮੈਂ ਲਾਸਟ ਲੈਟਰ ਜਿਹੜੀ ਦਿੱਤੀ ਆ ਉਹਦੇ 'ਤੇ ਫਿਰ ਮੇਰੇ ਖਿਆਲ 7 ਜਾਂ 8 ਮਹੀਨਾ ਸੀ ਜਦੋਂ ਮੈਂ ਉਹਨਾਂ ਨੂੰ ਲੈਟਰ ਲਿਖੀ ਉਹਦੇ 'ਤੇ ਐਕਸ਼ਨ ਕੀਤਾ, ਉਹਦੇ 'ਤੇ ਐਕਸ਼ਨ ਚੱਲਦਾ ਰਿਹਾ ਅਤੇ ਉਹਦੇ 'ਚ ਜੋ ਮੈਡ ਕੋਲ ਹੁਣ ਹੋਮ ਆ ਗਿਆ ਜਿਸ ਵੇਲੇ ਮੇਰੇ ਕੋਲ ਫਾਈਲ ਆਈ ਆ ਉਹਦੇ ਮੈਂ ਦੇਖਿਆ ਕੀਤਾ ਹੀ ਕੁਛ ਨਹੀਂ ਅਤੇ ਪੰਜਾਬ ਦੇ ਲੋਕਾਂ ਨਾਲ ਅਸੀਂ ਵੈਸੇ ਹੀ ਕਹਿੰਦੇ ਰਹੇ ਕਿ ਮੈਂ 4 ਹਫ਼ਤੇ 'ਚ ਨਸ਼ਾ ਬੰਦ ਕਰਾਂਗਾ, 4 ਸਾਲ 'ਚੋਂ ਫਾਈਲ ਹੀ ਨਹੀਂ ਚੁੱਕੀ ਕਿਸੇ ਮਾਮਲੇ ਚ ਅੱਜ ਵੀ ਸਾਨੂੰ ਬੜੀ ਵੱਡੀ ਉਹਦੇ ਕੋਲ ਰਾਹ ਮਿਲੀ ਆ ਹਾਈਕੋਰਟ ਤੋਂ। ਪਹਿਲਾਂ ਅਸੀਂ ਉੱਥੇ ਕੀਤਾ, ਦੁਬਾਰਾ ਫੇਰ ਜਿਹੜੀ ਅਸੀਂ ਉੱਥੇ ਕਿਹਾ ਕਿ ਸਾਨੂੰ ਜਿਹੜੀ ਇਹਦੇ 'ਚ ਪੂਰਾ ਸਹਿਯੋਗ ਨਹੀਂ ਕੀਤਾ ਗਿਆ। ਇਹਦੇ 'ਚ ਇਹ ਮੈਂ ਇੱਕ ਚੀਜ਼ ਤੁਹਾਨੂੰ ਹੁਣ ਕਲੀਅਰ ਕਰ ਦੇਣੀ ਚਾਹੁੰਦਾ ਕਿ ਲੀਡਰ ਕਨਫਿਊਜ਼ ਕਰੀ ਜਾਂਦੇ ਨੇ, ਕੋਈ ਕੋਟਕਪੂਰੇ ਵਾਲੇ ਨੂੰ ਜੋੜੀ ਜਾਂਦਾ ਜਿਹੜਾ ਜਿਹੜੀ ਕੁੰਵਰ ਵਿਜੇ ਪ੍ਰਤਾਪ ਵਾਲੀ ਸੀ, ਇੱਕ ਦਿਨ ਉਹਨੇ ਕਨਫਿਊਜ਼ਨ ਬੜੀ ਲੋਕਾਂ 'ਚ ਕ੍ਰੀਏਟ ਕੀਤੀ ਆ। ਉਹਨੂੰ ਮੈਂ ਕਹਿਣਾ ਚਾਹੁੰਦਾ ਬੇਅਦਬੀ ਵਾਲੀ ਜਿਹੜੀ ਹੈ ਗੁਰਜਵਾਬ ਸਿੰਘ ਵਾਲੀ ਆ ਔਰ ਕੋਟਕਪੂਰਾ ਜਿਹੜਾ ਵੱਖਰਾ, ਸਾਡੀ ਬੇਅਦਬੀ ਦੇ ਵਿੱਚ ਆਪਣੀ ਇਨਕੁਆਇਰੀ ਜਿਹੜੀ ਹੈ ਪੂਰੀ ਠੀਕ ਡਾਇਰੈਕਸ਼ਨ ਦੇ ਉੱਪਰ ਜਾ ਰਹੀ ਹੈ। ਕੋਈ ਵੀ ਦੋਸ਼ੀ ਹੋਏਗਾ ਕੋਈ ਬਾਹਰ ਨਹੀਂ ਰਹਿਣ ਦਿੱਤਾ ਜਾਏਗਾ। ਇਹ ਜਿਹੜੀ ਇੱਕ ਚੀਜ਼ ਕਰਨੀ, ਇੱਕ ਮੈਂ ਤੁਹਾਨੂੰ ਬੇਨਤੀ ਦੱਸ ਦੇਣਾ ਚਾਹੁੰਦਾ ਕਿ ਇਹਦੇ 'ਚ ਗੁਰੂ ਦੇ ਨਾ ਸਾਨੂੰ ਕਿਸੇ 'ਤੇ ਝੂਠ ਬੋਲਣਾ ਚਾਹੀਦਾ ਅਤੇ ਨਾ ਹੀ ਅਸੀਂ ਕਿਸੇ ਨੂੰ ਨਜਾਇਜ਼ ਹੀ ਅੰਦਰ ਦੇਣਾ। ਜੋ ਠੀਕ ਇਨਕੁਆਇਰੀ ਹੋਏਗੀ ਉਹਨਾਂ ਬੰਦਿਆਂ ਨੂੰ ਫੜ ਕੇ ਦੌੜਿਆ ਉਹ ਜੇ ਕਹਿੰਦਾ ਕਿ ਮੇਰੇ ਤੇ ਕਰੋ ਤੇ ਜਾ ਕੇ ਕਵੇ ਹਾਈਕੋਰਟ ਦੇ ਵਿੱਚ ਕਿ ਜੀ ਮੇਰੀ ਜਿਹੜੀ ED ਦੀ ਵੀ ਰਿਪੋਰਟ ਨਾਲ ਖੋਲੋ ਤੇ ਫਿਰ ਤੇ ਅਸੀਂ ਕਰਾਂਗੇ। ਸਾਡੀ 18 ਤਰੀਕ ਡੇਟ ਪਈ ਆ ਔਰ ਉਹਦੇ 'ਚ ਕੇਸ ਦੋਨੋਂ ਹੀ ਖੁੱਲਣਗੇ, ਚਟੋਪਾਧੇ ਦੀ ਰਿਪੋਰਟ ਵੀ ਖੁੱਲੇਗੀ ਔਰ ਕਰਕੇ ਸਿੱਧੂ ਦੀ ਖੁੱਲੇਗੀ ਅਤੇ ED ਦੀ ਵੀ ਅਸੀਂ ਰਿਕੁਐਸਟ ਕੀਤੀ ਉਹ ਵੀ ਨਾਲ ਰਿਪੋਰਟ ਖੁੱਲੀ ਜਾਏਗੀ, ਫਿਰ ਉਹਦੇ ਬਾਅਦ ਦੱਸਾਂਗੇ ਇਹ ਕਿੱਥੇ ਖੜਾ। ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ, ਜਿਸ ਵੇਲੇ ਬਿਜਲੀ ਦੇ ਬਿੱਲ ਜਾਂ ਐਗਰੀਕਲਚਰ ਦਾ ਲੈ ਕੇ ਬਿੱਲ ਜਦੋਂ ਆਏ ਆ ਉਸ ਵੇਲੇ ਬਿਨਾਂ ਗੱਲ ਤੋਂ ਅਕਾਲੀ ਦਲ ਨੇ ਅੰਦਰ ਰੌਲਾ ਪਾ ਕੇ ਉਹਦਾ ਸੈਸ਼ਨ ਦਾ ਬਾਈਕਆਊਟ ਕੀਤਾ ਔਰ ਬਿਨਾਂ ਮਤਲਬ ਤੋਂ ਸਿਰਫ ਸਾਡੇ ਚੀਫ ਮਿਨਿਸਟਰ ਇੰਨਾ ਕਿਹਾ ਕਿ ਤੁਹਾਡੇ ਲੋਕਾਂ ਦਾ ਕਰਪਸ਼ਨ ਕਿਤੇ ਜਾਂ ਨਸ਼ਿਆਂ 'ਚ ਤੁਸੀਂ ਡੁੱਬੇ ਹੋਏ ਅਤੇ ਇਹ ਕੋਈ ਗਲਤ ਗੱਲ ਨਹੀਂ ਕਹੀ, ਉਹ ਬਿਲਕੁਲ ਠੀਕ ਸੀਗੀ ਔਰ ਉਹਦੇ 'ਤੇ ਹੀ ਕਿਉਂਕਿ ਉਹ ਪਹਿਲਾਂ ਹੀ ਲੱਗਦਾ ਸੀ ਕਿ ਜਦੋਂ ਰੌਲੀ ਪਾਈ ਜਾ ਰਹੇ ਸੀ ਪਹਿਲਾਂ ਲੱਗਦਾ ਸੀ ਕਿ ਇਹਨਾਂ 'ਚ ਗੱਲਾਂ ਦਾ ਉਹ ਜਵਾਬ ਨਹੀਂ ਦੇਣਾ ਚਾਹੁੰਦੇ ਕਿਉਂਕਿ ਜਿਹੜੇ ਬਿਜਲੀ ਦੇ ਉਸ ਵੇਲੇ ਕੰਟਰੈਕਟ ਹੋਏ MOU ਸਾਈਨ ਕੀਤੇ ਗਏ ਜਾਂ ਉਹਨਾਂ ਨੂੰ ਕੀਤਾ ਗਿਆ ਉਹ ਉਸ ਟਾਈਮ ਦੀ ਗੌਰਮੈਂਟ ਦੇ ਇਹ ਭਾਈਵਾਲ ਸੀਗੇ, ਇਹਨਾਂ ਦੇ ਪਰਿਵਾਰ ਦੀ ਉਹ ਜਿਹੜੀ ਮਿਨਿਸਟਰੀ ਸੀਗੀ ਉਹਦੇ ਉੱਤੇ ਗੱਲ ਆਉਂਦੀ ਸੀ ਅਤੇ ਜੇ ਐਗਰੀਕਲਚਰ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਸਾਈਨ ਕਰਨ ਵਾਲਿਆਂ 'ਚ ਇਹ ਉਸ ਵੇਲੇ ਇਹ ਵੀ ਸੀ ਅਤੇ ਜੇ ਇਹ ਗੱਲ ਕਰੀਏ ਕਿ ਜਿਹੜਾ ਉੱਥੇ ਸਵਾਲ ਇਹ ਵੀ ਉੱਠਿਆ ਸੀ ਕਿ ਜਿਹੜੇ ਪੰਜਾਬ ਤੋਂ ਜਿਹੜੀ 300 ਜਾਂ 209 ਆਦਮੀ ਕਿਸੇ ਨੇ ਪੁਲਿਸ ਦੇ ਵਿੱਚ ਭਰਤੀ ਕਰ ਲਏ ਤਾਂ ਮੈਨੂੰ ਬੜੀ ਹੈਰਾਨਗੀ ਹੋਈ ਆ ਕਿ ਜਦੋਂ ਮੈਂ ਦੇਖ ਰਿਹਾ ਸੀ ਲਿਸਟ ਅਤੇ ਉਹਦੇ ਵਿੱਚ ਟੋਟਲ ਉਹਨਾਂ ਨੂੰ ਭਰਤੀ ਕੀਤੇ ਗਏ ਨੇ ਹੁਣ ਤੱਕ 209, ਉਹਨਾਂ 'ਚੋਂ ਸਿਰਫ ਪੰਜਾਬ 'ਚੋਂ ਉਹ 17 ਆਦਮੀ ਭਰਤੀ ਕੀਤੇ ਗਏ। ਕੱਲ੍ਹ ਜਿਸ ਵੇਲੇ BSF ਦਾ ਬਿੱਲ ਆਇਆ ਕਿ BSF ਬਾਰੇ
उस वेले इन्होंने कहा कि जो गल चली उत्थे मैं एक गल इन्होंने कही कि तुसी 209 आदमी बाहरों भर्ती करके कि गल सानू अपनी पंजाब पुलिस ते भरोसा नहीं कि साड़ी पंजाब पुलिस नहीं सिक्योरिटी साड़ी कर सकती कि साड़े जिहड़े जवान ने वो बॉर्डर के उत्ते असीं बैठे मैं तो आप मेरा जिहड़ा सैकंड डिफेंस लाइन है मेरा अपना पिंड तो मैं क्या अज तक तो पंजाब पुलिस साड़ी सिक्योरिटी कर रही है BSF साढ़े को मदद लेंदी है ना कि असी BSF ही लेंगे जो कि BSF ने तो करना तो पंजाब पुलिस ने कही तो जे ड्रोन जी जे ड्रोन की गल करिए फर्स्ट डिफेंस लाइन जी वो तो उस अगे आता ड्रोन या जो भी चीज़ वो तो असी कंट्रोल करना साड़ी पुलिस ने ये असं अपने वधिया तरीके कर रहे हैं तो BSF का कोई नहीं ये जी प्रधानमंत्री जी ने आप 2012 ये कहा कि विद इन स्टेट जी एक होर राज कायम करना चाहते हो उन्होंने कहा कि तुम राज एक नवा राज कायम करना चाहते हो उन्होंने अपनी लैटर लिखी सी उस वे गुजरात के चीफ मिनिस्टर थे तो वेंकैया नायडू जी की पार्लीमेंट्री जी कमेटी बनी सी स्टैंडिंग कमेटी वो जे हूँ वाइस प्रेजिडेंट ने उन्होंने ये अगेंस्ट देखे भेजा 2011 जी कभी भी पार्लीमेंट जी बिल आया नहीं तो ना ही कभी हद वधाउण दी कोई गलबात की गुजरात दे विच 80 तों 50 हो सकता तो पंजाब दा 15 तों 50 करना ये बिल्कुल पंजाब दे विच बेतबारी उन्होंने साडे की उदों ही कंडेम किया तो नाल ही मैं कहना कि जे उस टाइम ते नहीं सी किया जे पार्लीमेंट विच लैके गए सी तो पार्लीमेंट ने करीब नहीं सी किया तो मोदी साहब ने सिर्फ सीधी एक नोटिफिकेशन कर दी पार्लीमेंट ने जाने की कोशिश भी नहीं की अज अद्धा पंजाब 50 किलोमीटर तक अद्धे पंजाब दे विच किसी भी थान पर BSF घेरा पा सकती है किसी की तलाशी ले सकती है पहला NIA ने किया हूँ ये आ गई तो यह मतलब कि अं जराइम पेशा तो नहीं कि साढ़े तो यही कर दो कि नाल तो असी हिंदुस्तान की रक्षा भी करिए सिक्योरिटी जो लड़ाई होंगी 62-65-71 की वार लै लो तो सब तो वह कोई नुकसान होया से पंजाब का होया गुजरात या राजस्थान लै लो ये 200-200 किलोमीटर तक तो उसे आबादी है नहीं डेरा बाबा नानक जी उत्थे गए सी साडे उत्थे बॉर्डर दे उत्थे असीं अमृतसर एक मीटिंग रखी सी मैं तुहानूं स्टेटमेंट भी भेज दूं कैप्टन साहब नूं ते मैं भेज दित्ती सी मेरे कोल उन्हां मेरा अजकल मैसेज नहीं कि देखते मैं उन्हां नूं भेजी सी कि तुहाडी स्टेटमेंट सी कि BSF ते जिहड़े रेंजर ने इह दोनों नैक्सस और रले ने इन्हां दा सानूं नैक्सस तोड़ना पएगा तां ही टुटेगा जे असीं पंजाब पुलिस ते पंजाब वाले काम करांगे कैप्टन साहब जदों करेंगे उन्होंने तुम सवाल पूछ लियो तो क्योंकि तुम्हें स्टेटमेंट अमृतसर दी है या नहीं दी वो तुम अपने आप जवाब कैप्टन साहब जिक्र गुंजाइश है पब्लिक सवाल आ गया कोई गुंजाइश है कि उन्होंने घर वापसी की जाए उन्होंने तो घरों कटे किसी ने उन्होंने अपना घर से अभी तो 23 साल तो 23 साल 19.5 साल से उ कांग्रेस के रहे ने सब कुछ मेरा सवाल ये रल के कांग्रेस में चलना चाहते सानू तो कभी भी ना नहीं सर फ्यूचर किस तरह देखते हो कैप्टन साहब का 2022 इलेक्शन में नहीं अपनी कांग्रेस का करिए कैप्टन साहब का फ्यूचर तो BJP देखिए मैं क्यों देखा आम आदमी पार्टी वाले आम आदमी पार्टी पहले तो बठिंडे की गल कर लेने आम आदमी पार्टी थोड़े 3 MLA सी एक मेरे ख्याल BBC रूबी एक कमालू सी ते एक मान सा गया तीन चले गए चौथी बेचारी सास सुले की शायद वह भी आ गई मैं क्या हूँ तो तीन नहीं पापा आम आदमी पार्टी यार हाउस के 70 साल हो गए आजाद हुए 77 साल पार्लीमेंट ज असैम्बली जो बने पहली बार होया कि कोई MLA उठ के कह रहा कि मैं जेडी तुहाडियां जेडियां योजनावां उहदे नाल सहमत हो के साडे चीफ मिनिस्टर कह रहा मैं तुहाडे नाल बैठना चाहुंदा।